ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦੱਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ। ਅੱਜ ਗੱਲ ਕਰਦੇ ਹਾਂ 16 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਗਰਮੀ ਅਤੇ ਹੁਮਸ ਰਿਕਾਰਡ ਤੋੜ ਪੈ ਰਹੀ ਹੈ। ਬਹੁਤ ਜ਼ਿਆਦਾ ਇਲਾਕਿਆਂ ਦੇ ਵਿੱਚ ਗਰਮੀ ਅਤੇ ਹੁਮਸ ਬਹੁਤ ਜ਼ਿਆਦਾ ਹੈ, ਪਰ ਦੂਸਰੀ ਤਰਫ ਟੁੱਟਵੇਂ ਤੌਰ 'ਤੇ ਮੀਂਹ ਦੇ ਛਰਾਟੇ ਲੱਗੇ ਹਨ, ਖਾਸ ਕਰਕੇ ਸਵੇਰ ਵੇਲੇ ਅਨੰਦਪੁਰ ਸਾਹਿਬ, ਰੋਪੜ, ਮੋਹਾਲੀ, ਚੰਡੀਗੜ੍ਹ ਦੇ ਵਿੱਚ ਤਾਂ ਵਧੀਆ ਮੀਂਹ ਪਿਆ ਹੈ। ਉਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ, ਡੇਰਾ ਬੱਸੀ, ਪਟਿਆਲੇ ਦੇ ਵਿੱਚ ਵੀ ਮੌਜੂਦਾ ਸਮੇਂ ਵਿੱਚ ਮੀਂਹ ਪੈ ਰਿਹਾ ਹੈ। ਸੰਗਰੂਰ, ਬਰਨਾਲਾ, ਇਹਨਾਂ ਦੇ ਵਿੱਚ ਵੀ ਟੁੱਟਵੇਂ ਤੌਰ 'ਤੇ ਮੀਂਹ ਦੇਖਿਆ ਗਿਆ ਹੈ। ਲੁਧਿਆਣੇ ਸ਼ਹਿਰ ਦੇ ਵਿੱਚ ਵੀ ਪਿਆ ਹੈ ਜਾਂ ਉਸਦੇ ਆਲੇ ਦੁਆਲੇ, ਸਮਰਾਲਾ ਹੋ ਗਿਆ, ਪਾਇਲ, ਖੰਨਾ, ਸਮਾਣਾ, ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਕਿਤੇ ਕਣੀਆਂ ਦੇਖੀਆਂ ਗਈਆਂ ਹਨ ਮੀਂਹ ਦੀਆਂ। ਅੱਜ ਰਾਤ ਨੂੰ ਟੁੱਟਵੇਂ ਤੌਰ 'ਤੇ ਹੋਰ ਵੀ ਖੇਤਰਾਂ ਦੇ ਵਿੱਚ, ਪੰਜਾਬ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਛਰਾਟੇ ਲੱਗ ਸਕਦੇ ਹਨ। ਵੱਡੇ ਪੱਧਰ 'ਤੇ ਮੀਂਹ ਦੀ ਆਸ ਨਹੀਂ ਰਹੇਗੀ, ਪਰ ਟੁੱਟਵੇਂ ਤੌਰ 'ਤੇ ਹਲਕੇ ਤੋਂ ਦਰਮਿਆਨੇ ਛਰਾਟੇ ਜ਼ਰੂਰ ਪੰਜਾਬ ਵਿੱਚ ਲੱਗ ਸਕਦੇ ਨੇ। ਅੱਜ ਸ਼ਾਮ ਵੇਲੇ ਅਤੇ ਰਾਤ ਵੇਲੇ ਵੀ ਜ਼ਰੂਰ ਕਿਤੇ ਨਾ ਕਿਤੇ ਲੱਗਣਗੇ। ਅੱਜ ਰਾਤ ਵੀ ਪੰਜਾਬ ਦੇ ਵਿੱਚ ਟੁੱਟਵੇਂ ਤੌਰ 'ਤੇ ਮੀਂਹ ਦੇ ਛਰਾਟੇ ਲੱਗ ਸਕਦੇ ਹਨ, ਖਾਸ ਕਰਕੇ ਮਾਲਵੇ ਦੇ ਇਲਾਕਿਆਂ ਦੇ ਵਿੱਚ ਵਧੇਰੇ ਨੇ, ਜਿਵੇਂ ਮੁਕਤਸਰ, ਫਰੀਦਕੋਟ ਜਾਂ ਬਠਿੰਡਾ, ਫਿਰੋਜ਼ਪੁਰ, ਸੰਗਰੂਰ, ਇਹਨਾਂ ਇਲਾਕਿਆਂ ਦੇ ਵਿੱਚ ਅੱਜ ਸ਼ਾਮ ਵੇਲੇ ਜਾਂ ਰਾਤ ਵੇਲੇ ਵੀ ਲੱਗ ਸਕਦੇ ਹਨ, ਅਤੇ ਪੁਆਧ ਖੇਤਰ ਦੇ ਵਿੱਚ ਵੀ ਟੁੱਟਵੇਂ ਤੌਰ 'ਤੇ ਛਰਾਟੇ ਲੱਗ ਸਕਦੇ ਹਨ। ਉਹ ਹੋ ਸਕਦਾ ਹੁਸ਼ਿਆਰਪੁਰ ਦੇ ਇਲਾਕੇ ਹੋ ਜਾਣ, ਰੋਪੜ, ਅਨੰਦਪੁਰ ਸਾਹਿਬ, ਚਮਕੌਰ ਸਾਹਿਬ, ਨਵਾਂਸ਼ਹਿਰ, ਗੜਸ਼ੰਕਰ, ਇਹ ਵੀ ਇਲਾਕੇ ਹੋ ਸਕਦੇ ਹਨ। ਵੱਡੇ ਪੱਧਰ 'ਤੇ ਤਾਂ ਮੀਂਹ ਦੀ ਸੰਭਾਵਨਾ ਨਹੀਂ, ਪਰ ਟੁੱਟਵੇਂ ਤੌਰ 'ਤੇ ਕੱਲ੍ਹ ਨੂੰ ਮੀਂਹ ਦੀਆਂ ਕਾਰਵਾਈਆਂ ਦੇ ਵਿੱਚ ਵਾਧਾ ਦੇਖਿਆ ਜਾਵੇਗਾ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ।